ਗਿਆਨੀ ਸਾਹਿਬ ਬਣਦਾ ਪਿਆ ਸੀ ਜਨਰਲ, ਮੈਨੂੰ ਖਾਬ 'ਚ ਕਹਿੰਦੇ ਨੇ ਉਹ ਭਾਈ ਸਾਡਾ ਤੁਹਾਡਾ ਜਨਰਲ ਨਾ ਇਹ ਅਮਰੀਕਾ ਦਾ ਨੌਕਰ ਹੁੰਦਾ ਜੇ, ਸਾਨੂੰ ਯਾਰ ਨੇ ਪਹਿਲਾਂ ਦੱਸ ਛੱਡਿਆ ਹੋਇਆ ਕਿ ਸਾਰੇ ਅਮਰੀਕਾ ਦੇ ਨੌਕਰ ਹੈ, ਸਾਨੂੰ ਯਾਰ ਨੇ ਹਰ ਗੱਲ ਦੱਸੀ ਹੋਈ। ਹੁਣ ਮੰਮੀ ਡੈਡੀ ਵੇ ਤੂੰ ਕਦੀ ਜਲਸਾ ਕਰਨਾ ਕਦੀ ਨਹੀਂ ਕਰਨਾ, ਬਲਕਿ ਜਲਸੇ ਦੀ ਲੋੜ ਕਿਹੜੀ ਹੁੰਦੀ, ਜਲਸਾ ਕਰਨਾ ਕਿਉਂ ਕਰਨਾ, ਜਲਸਾ ਵੇ ਕੀ ਕਰਨਾ, ਜਲਸਾ ਕਰਕੇ ਅੱਗੇ ਕੀ ਕਰ ਲਿਆ ਜਲਸਾ ਕਰਕੇ। ਹਾਂ ਪਾਵਰ ਸ਼ੋਅ ਹੁੰਦੀ ਜੀ ਕਿਸੇ ਵੇਲੇ, ਹਰ ਇੱਕ ਦਿਨ ਆ ਜਾਵੇ ਵੀ ਸਾਰੇ ਆਪਣੇ ਗਲੀਆਂ 'ਚ ਬਾਹਰ ਨਿਕਲ ਗਏ ਵੀ ਆਹ ਸੀ ਭਾਈ ਉਹਦੇ ਨਾਲ ਉਹ ਵਹਾ ਦੀ ਦੀ ਆਹ ਤਾਂ ਪਤਾ ਨਹੀਂ ਕੌਣ ਚਵਲ ਜੇ ਲੋਕ ਉੱਥੇ ਉਹ ਸਾਰਾ ਬੰਦ ਕੀਤਾ, ਇਹਨਾਂ ਦੀ ਭੈਣ ਨੂੰ ਚੋਦਣਾ ਚਾਹੀਦਾ ਉੱਥੇ ਉਹਦੇ ਟੋਲਾ ਬਣਿਆ ਉਹਨਾਂ ਦੀ ਇਹਨਾਂ ਦੀ ਭੈਣਾਂ ਨਾ ਉੱਥੇ ਚੋਦਣਾ ਚਾਹੀਦਾ, ਕੀ ਤੁਹਾਨੂੰ ਚੁੱਕ ਲਿਆ ਜਾਏਗਾ ਤੁਹਾਡੀ ਮਾਂ ਦੀ ਖੁਦੀ 'ਚ ਵੜ ਜਾਓ ਵਾਲਿਆਂ ਨੂੰ ਕੀ ਲੈ ਜਾਣਗੇ ਕੋਈ ਕੀ ਕਰ ਲੈਣਗੇ, ਕੀ ਮਜ਼ਾਕ ਉਡਾਉਣ ਡਿਆ ਜੀ ਇਨਸਾਨੀਅਤ, ਇੱਧਰੋਂ ਚੁੱਕ ਲਿਆ ਤੁਸੀਂ ਸੜਕਾਂ ਪੁੱਟ ਪੁੱਟ ਸੋੜੇ ਤੁਹਾਡੀ ਮਾਂ ਨੂੰ ਜਮਾਂ ਵੱਡੇ ਬਾਦਸ਼ਾਹ ਜਿਹੜੀ ਬਾਦਸ਼ਾਹੀ ਦੀ ਕੁੜੀ ਨੂੰ ਚੋਦਾਂ ਮੈਂ ਗੱਸੀ ਲਿਆ ਪੁੱਤਰਾ ਕੀ ਲੋਕਾਂ ਨੂੰ ਕੀ ਕਰਨ ਡਿਆ ਜੀ ਕੀ ਕਰਨ ਕੀ ਡਿਆ ਜੀ, ਉਹਨੇ ਤੂੰ ਸਾਰਾ ਉੱਥੇ ਬੰਦ ਕਰਤਾ ਹਰ ਦੁਨੀਆਂ ਨੂੰ ਤੰਗ ਕਰ ਲਏ, ਉਹ ਤੇਰੀ ਧੀ ਚੁੱਕ ਲੈ ਚੱਲਿਆ ਕੋਈ ਜੇ ਚੁੱਕੇ ਵੀ ਕੁੜੀ ਹੈਗਾ ਤਾਂ ਐਡਾ ਕਮਜ਼ੋਰ ਹੈ ਤੇਰੀ ਭੈਣ ਨੂੰ ਚੋਦਾਂ ਤੇਰੀ ਨੂੰ ਸਾਨੂੰ ਸਾਰੇ ਟੱਬਰ ਨੂੰ ਸਭ ਨੂੰ ਪਾਇਆ ਜੋ ਤੁਹਾਡਾ ਲਾਲਾ ਹੋ ਰਹੀ ਨਾ ਢੋਲ ਵੱਜ ਰਿਹਾ ਉਹਦਾ ਨਾ ਸਜੀ ਹੁੰਦੀ ਹੈ, ਇੱਥੇ ਬੜੀਆਂ ਬੜੀਆਂ ਹਸਤੀਆਂ ਹੋ ਰਹੀਆਂ ਨੇ, ਇੱਥੇ ਨੂਰੋ ਨੂਰ ਹੋਇਆ ਹੁੰਦਾ ਜਿਸ ਭੈਣ ਚੋਂ ਅੱਖਾਂ ਨਹੀਂ ਹੈਗੀਆਂ ਉਹ ਕੁੱਤੀ ਦਾ ਪੁੱਤਰ ਤੂੰ ਐਵੇਂ ਗੰਦ ਪਾ ਕੇ ਬੈਠਾ ਫਿਰ ਉਹਦੇ ਭੈਣ ਨੂੰ ਲਾਨੋ ਦੀ ਉਹਨੂੰ ਮਿਲਣਾ ਸੀ, ਇਹ ਇਸ਼ਕ ਦਾ ਵਿਹੜਾ ਹੈ ਨੂਰੋ ਨੂਰ ਖਾਤਾ ਹੈ ਅੱਲਾਹ ਵਾਲਾ ਕੰਨਾਂ ਦਾ ਘਰ ਹੈ, ਜਿਵੇਂ ਕਾਹਵਾ ਹੈ ਨਾ ਮਕਾਮੇ ਇਬਰਾਹਿਮ ਇੱਥੇ ਆ ਮਕਾਮੇ ਹੱਕ, ਮੇਰੇ ਨਾਲ ਗੱਲ ਹੋਈ ਇੱਥੇ ਲਾ ਕੇ ਉਹ ਜਗ੍ਹਾ ਜਿਹਨੂੰ ਅੱਗੇ ਡੈ ਤੇਰੀ ਹੁਕਮਰਾਨੀ ਦੀ ਕੁੜੀ ਨੂੰ ਚੋਦਾਂ ਮੈਂ ਤੇਰੀ ਹੁਕਮਰਾਨਾ ਤੇਰੀ ਬੱਚੀ ਨੂੰ ਜਾਵਾਂਗੀ ਐਂ ਲੱਗੇ ਹੁਣ ਲੱਗੇ ਤੁਹਾਡੇ ਨਾਲ ਕਰਨਾ ਸਾਰੇ ਤੁਸੀਂ ਨੌਕਰ ਉਹਦੇ ਦੇ ਉਹਦੇ ਵਿੱਚੋਂ ਖਾਈ ਗਏ ਜੋ ਲੈ ਲੈ ਕਰਜ਼ਾ ਸਾਰੇ ਬੈਠੇ ਕੋਈ ਸਾਰੇ ਬਿਲਕੁਲ ਖਤਮ ਆਣ ਪਹੁੰਚੀ ਬੋਲੇ ਬਾਲੇ ਦੇ ਕੋਲੇ ਕੀ ਬੋਲਣ ਡਿਆ ਕਿਹਦੀ ਬੋਲੀ ਬੋਲਣ ਡਿਆ ਸਾਡਾ ਸਾਨੂੰ ਐਵੇਂ ਬਿੱਲ ਪਾਈ ਜਾਂਦਾ ਉਹਦਾ 9 ਰੁਪਏ ਦੀ ਬੱਤੀ ਬਣਦੀ 10 ਰੁਪਏ ਦੀ 20 ਰੁਪਏ ਦੀ ਉੱਥੇ ਹਿਸਾਬ ਨਹੀਂ ਕਰ ਸਕਦੇ ਬਣ ਲਈ ਪਈ ਧੀ ਵੀ ਲਵਾਈ ਲੈਂਦਾ ਤੇ ਤੇਰੇ ਕੋਲ ਬੈਠਾ ਲੈਂਦਾ ਤੂੰ ਐਤਾ ਸੁਣਾਉਣਾ ਗੱਲਾਂ ਕਰ ਪੂਰੀ ਕਹਾਣੀ ਸੁਣ ਲਓ ਤੇ ਬੰਦੇ ਦੇ 2 ਗਰੋਹ ਜੇ ਦੁਨੀਆਂ ਦੇ ਕੁਛ ਬੰਦੇ ਥੋੜੇ ਹੋ ਜਾਂਦੇ ਨੇ ਤਾਂ ਦੇ ਜ਼ਿਆਦਾ ਹੋ ਬਾਜ ਮਾਰ ਕੇ ਗਿਆ ਹੋਏ ਸਾਡੇ ਬੱਤੀ ਲੈਣ ਡਿਆ ਕੌਣ ਹੋਏ ਸਾਰੇ ਨੌਕਰ ਚੱਲਦੇ ਪੈ ਜੇ ਇਸ ਗੱਲ ਨੂੰ ਕੋਈ ਵੀ ਗੈਰਤਮੰਦ ਦਾ ਪੁੱਤਰ ਹਲਾਲਦਾ ਹੋਵੇ ਸਕਦਾ ਬੱਤੀ ਕਿੰਨੇ ਦੀ ਬਣਨੀ ਹੁੰਦੀ ਕਿਵੇਂ ਲੈਣ ਬੰਦਾ ਸੁਣ ਕੇ ਨਹੀਂ ਗੋਲੀ ਮਾਰ ਦਿਓ ਤੇਰੀ ਮਾਂ ਨੂੰ ਤੇਰੀ ਨੂੰ ਸਾਡਾ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਤਾ ਬੇਲੇ ਲੈਣ ਡਿਆ।
ਉਹਦਾ ਸਰਪੰਚ ਪੰਚਾਇਤ ਲਾਓ ਕਿੰਨੇ ਕਿੰਨੇ ਲੈਂਡ ਹੈ ਮਰਬੇ ਵੱਡਾ ਕੀ ਬੰਦ ਕੀਤਾ ਸਲਾਮਾਬਾਦ ਕਿਉਂ ਬੰਦ ਕੀਤਾ ਵਾ ਤੇਰੀ ਕੁੜੀ ਨੂੰ ਚੁੱਕਰਾ ਚੱਲਿਆ ਕੋਈ ਕਦੇ ਕਮਰਾ ਨਹੀਂ ਤੇਰੀ ਮਜ਼ਾਕ ਕੀ ਮਜ਼ਾਕ ਸਾਰਾ ਹਿੱਸੇਦਾਰ ਜ਼ਿੰਮੇਦਾਰੀ ਬਚਾਵੇ ਉਹ ਸਾਡੇ ਤੋਂ ਅਸੀਂ ਬਈ ਲੈਣ ਡਿਆ ਅਸਲ ਸਾਡੇ ਤੋਂ ਚੀਜ਼ਾਂ ਲੈਣ ਡਿਆ ਇੰਜ ਸਾਡੇ ਤੋਂ ਕਰਨ ਡੈਣ ਇੰਜ ਕਰਜ਼ਾ ਖਾ ਕੇ ਬੈਠੇ ਨੇ ਹੈ ਸਰਦ ਪਾ ਤੇ ਮੈਂ ਤੇਰੀ ਭੈਣ ਨੂੰ ਜਮਾਂ ਤੇਰੀ ਵੱਡੀ ਨੂੰ ਕਿਸੇ ਗਸ਼ਤੀ ਦਿਆ ਪੁੱਤਰਾ ਸੁਣਦੇ ਤੁਸੀਂ ਤੁਹਾਡੀ ਮਾਂ ਨੂੰ ਜਮਾਂ ਤੁਹਾਡੀ ਨੂੰ ਵੱਡੇ ਹੁਕਮਰਾਨੀ ਦੇ ਵੇਖ ਵੀ ਹੈਗਾ ਹਜ਼ਾਰ ਆਉਂਦਾ ਕੈਰਤਮਾਂ ਜਵਾਨਾਂ ਨੂੰ ਵੇਖ ਵੇਖ ਕੀ ਡੱਬੇ ਰੱਖ ਲਿਆ ਕਦੇ ਬੰਦ ਕੀਤੇ ਕਰੋੜਾਂ ਅਰਬਾਂ ਰੁਪਈਆ ਸਾਡਾ ਤੁਹਾਡੀ ਮਾਂ ਨੂੰ ਜਮਾਂ ਵੱਡੀ ਹੁਕਮਰਾਨੀ ਨੂੰ ਕਿਉਂਕਿ ਭੈਣ ਦੀ ਲਾਨਾ ਲੈਣੇ ਹੋ ਬਾਦਸ਼ਾਹ ਦੇ ਆਉਣ ਡਈ ਦੱਸੇ ਬੰਦਾ ਪੰਚਾਇਤ ਹੁੰਦੇ ਸਾਡੇ ਕੋਲ 9 ਰੁਪਏ ਲੈਣ ਗਰੀਬ ਕਰਨੇ ਕੋਈ ਵੇਚਣ ਡਿਆ ਕੋਈ ਕਿਵੇਂ ਕਰਨ ਡਿਆ ਕੁੜੀ ਨਾਲ ਮਾਂ ਨੂੰ ਤੁਸੀਂ ਖਾਧਾ ਭੈਣ ਨੂੰ ਤੁਹਾਡੀਆਂ ਕੁੜੀਆਂ ਚੋ ਕੇ ਕੱਢਾਂਗੇ ਤੁਹਾਵਾਂਗੇ ਇੱਥੇ ਮੈਦਾਨ ਲੱਗੇਗਾ ਸਾਨੂੰ ਸਿਰਫ ਮੈਂ ਆਪਣੇ ਨੂੰ ਦੱਸਣ ਡਿਆ ਕੌਮ ਸਾਹਿਬ ਮੈਂ ਕੌਮ ਨੂੰ ਘੇਰੀ ਕੌਮ ਕੁੱਤੀ ਕੌਮ ਚੱਲੇ ਹੋਏ ਵੀ ਕੋਈ ਰਹਿ ਗਈ ਰੁਪਈਆ ਇੱਕ ਬੰਦਾ ਉੱਥੇ ਖਰਚਾ ਦਾ ਸਾਡੇ ਤੋਂ 90 ਰੁਪਏ ਲੈਣ ਡਿਆ ਉੱਥੇ ਇੱਕ ਚੌਕੀਦਾਰ ਉਸ ਕੁੜੀ ਗਵਰਮੈਂਟ ਦਾ ਹੈਗਾ 30 ਰੁਪਏ ਲੈ ਉਹ ਸਾਡੇ ਤੋਂ 100 ਲਈ ਜਾਂਦਾ ਮਾਂ ਨੂੰ ਵੱਡੇ ਹੁਕਮਰਾਨ ਭੈਣ ਦੀ ਲਾਨਾ ਲੈ ਕੱਲੇ ਕੱਲੇ ਨੂੰ ਦੇ ਦਿਆਂਗਾ ਜੇ ਕੋਈ ਲੱਗਿਆ ਖਿਲਾਫ਼ ਤੁਹਾਡੀ ਜਮਾਂ ਪੂਰੀ ਦੱਸਾਂ ਤੇ ਬੁਰਾ ਹੁੰਦਾ ਜੇ ਆਪਸ 'ਚ ਲੜਾਈ ਸ਼ੈਤਾਨ ਦੇ ਬੰਦੇ ਅੱਲਾ ਦੇ ਬੰਦੇ ਨੇ ਅੱਲਾ ਦੇ ਕੋਈ ਉੱਠਾ ਹੋਣ ਡਿਆ ਮੈਨੂੰ ਲਾ ਕੇ ਸੀ ਫੀਸਦ ਕੋਈ ਕੇਲੇ ਛਲੀਆਂ ਖਾਂਦਾ ਖਾਂਦਾ ਹੈ ਅਸੀਂ ਤੁਹਾਡੀ ਹੋਇਆ ਸਾਡੇ ਹੈ ਅਸੀਂ ਮੁਜਰਮ ਅਮਰੀਕਾ ਬਣਿਆ ਫਿਰ ਨਾ ਬਣਿਆ ਫਿਰ ਮੈਂ ਰਾਤ ਹੀ ਅਮਰੀਕਾ ਬੰਦੇ ਅੱਲਾ ਦੇ ਬੰਦੇ ਅਸੀਂ ਅੱਲਾ ਦੇ ਬੰਦੇ ਸ਼ੈਤਾਨ ਦਾ ਬੰਦਾ ਕਹਦਾ ਭਾਵੇਂ ਕਿਤੋਂ ਕੁੜੀ ਝੋਤ ਦਿਆਂ ਵੱਡੇ ਇਨਸਾਨ ਆਉਣ ਪੁੱਤਰੋ 5 ਕਰੋੜ ਬੈਠੇ ਤੁਸੀਂ ਗੱਲਾਂ ਦੇਖੀ ਰੱਬ ਲਿਆਉਣ ਡਿਆ ਦੇਣਾ
ਉਹ ਜਿਹੜਾ ਉੱਤੇ ਖੰਜੀਰ ਵੱਢਣੇ ਕਰਨਾ ਡਾਲਰ ਹੋਰ ਇੱਕ ਮਹੀਨਾ ਹੋਰ ਲੰਘ ਜਾਏਗਾ ਉੱਤੇ ਉਹ ਅਸੀਂ ਤੁਹਾਡੀਆਂ ਘੂਸੇ ਚੋਂ ਕੱਢਣੇ ਨੇ ਤੁਹਾਡੇ ਪਾਸੇ ਕੋਈ ਪੁੱਛੇਗਾ ਹੀ ਨਹੀਂ ਅੱਲਾ ਹੈਗਾ ਹੀ ਨਹੀਂ ਬੰਦਾ ਹੈਗਾ ਕੋਈ ਗੱਲ ਹੀ ਨਹੀਂ ਤੇ ਇਸ ਤਰ੍ਹਾਂ ਚੱਲਦਾ ਜ਼ੁਲਮ ਐਵੇਂ ਚੱਲਦਾ ਹਟ ਜਾਂਦਾ ਨਹੀਂ ਤੁਹਾਨੂੰ ਬਾਤ ਤੇਰੀ ਮੈਂ ਹੁਕਮਰਾਨ ਕੁੜੀ ਨੂੰ ਨਾਲ ਨੰਗਿਆਂ ਕਰਕੇ ਖਿਲਾਰ ਦੇਣਾ ਚਾਹੀਦਾ ਹੁਕਮਰਾਨਾਂ ਹੁਣ ਬਾਹਰ ਕਹਿੰਦਾ ਪੰਚਾਇਤ ਲਗਾ ਉਹਨੂੰ ਕਹੇ ਬੱਚੀ ਦਾ ਹਿਸਾਬ ਦੀ ਬਣਦੀ ਹੈ ਕਿੰਨੇ ਉਹਦੇ ਬਣ ਲਵੇ ਇੱਕ ਬੰਦ ਹੀ ਬੱਚੀ ਤੋਂ ਲੈ ਰਿਹਾ ਜੀ ਉਹ ਲੈ ਰਿਹਾ ਜੀ ਟੀਮ ਸਾਨੂੰ ਕੁੜੀ ਦਿੱਤੀ ਉਹਨਾਂ ਦੇ ਆਏਗਾ ਸਾਡੇ ਤੋਂ ਸਾਡੇ ਗਰੀਬਾਂ ਤੋਂ ਲੈ ਜਾਂਦਾ ਜੋ ਦੁਨੀਆਂ ਦਾ ਜੋ ਸਾਡਾ ਹੱਕ ਬਣ ਉਹ ਗੱਲ ਬਣਦੀ ਹੈ ਉਹ ਤੋਲ ਕੇ ਪਾ ਦਿਓ ਸਾਨੂੰ ਕਰੋ ਮੁੜ ਕੇ ਪਾਈ ਹੁਕਮਰਾਨੀ ਦੀ ਜੇ ਚੜ੍ਹਾਂ ਕਰ ਹੁਕਮਰਾਨ ਤੁਹਾਡੀ ਕੁੜੀ ਨੂੰ ਜਾਵਾਂਗੇ ਅਵੇ ਤੂੰ ਜਲਸੇ ਮੁੰਡਿਆਂ ਨੇ ਕਿਵੇਂ ਕਰ ਮੈਨੂੰ ਦੱਸੋ ਕੋਈ ਬੰਦੇ ਗੈਰਤ ਵਾਲਾ ਪਤਾ ਸਾਰੀਆਂ ਸਰਕਾਰਾਂ ਨਿਕਲ ਆਏ ਕੀ ਕੁੱਤੇ ਸਾਨੂੰ ਆਉਂਦੇ ਹੋ ਪੁੱਤਰੋ ਸ਼ੈਤਾਨ ਦੇ ਬੰਦੇ ਹੋ ਕੁੱਤੇ ਹੋ ਡੱਲਿਓ ਤੁਹਾਨੂੰ ਕਿਹਾ ਨਾ ਸ਼ੈਤਾਨ ਦਾ ਟੋਲਾ ਦੇ ਅੱਲਾ ਦਾ ਟੋਲਾ ਦੋ ਨੇ ਜਿਹੜੇ ਬੁਰੇ ਨੇ ਸ਼ੈਤਾਨ ਦੇ ਬੰਦੇ ਨੇ ਤੁਸੀਂ ਭੈਣ ਦੀ ਲੰਨ ਲੈਣੇ ਸਾਰੇ ਰਲੇ ਤੁਹਾਡੀ ਮਾਂ ਨੂੰ ਜਮਾਂ ਤੁਹਾਡੀ ਨੂੰ ਜੇ ਕੋਈ ਤੁਹਾਡੇ ਨੇਕ ਵੀ ਖਲੋਤਾ ਨਾ ਤਾਂ ਉਹ ਵੀ ਬਾਹਰ ਆ ਜਾਣਾ ਚਾਹੀਦਾ ਉਹ ਵੇਖਿਆ ਕਾਜ਼ੀ ਉਹ ਸਾਡਾ ਜਿਹੜਾ ਸੀ ਉਹ ਮੌਲਵੀ ਵੱਡਾ ਕੀਤਾ ਹੁਣ ਕਾਜ਼ੀ ਛੱਡ ਕੇ ਚੱਲ ਗਿਆ ਵਿਚਾਰਾ ਐਮ ਐਨ ਏ ਬਣਿਆ ਵੀ ਉਹ ਛੱਡ ਕੇ ਤੁਰ ਗਿਆ ਤਾਂ ਉਹਨੇ ਰੱਖਿਆ ਤਾਂ ਕੁੱਤੇ ਨੇ ਸਾਰੇ ਰਲੇ ਇੱਥੇ ਦਿਖਾਉਂਦੇ ਨੇ ਕੁੱਤੇ ਉਹ ਆਪ ਖਾਧਾ ਆ ਫਿਰ ਬਾਬਾ ਆਉਂਦਾ ਜੀ ਕਰਦਾ ਤੇਰੀ ਮਾਰ ਕਸ਼ਤੀਏ ਹੁਣ ਤੈਨੂੰ ਜਹਿਣ ਡਿਆ ਬੰਦ ਕਰਤਾ ਸਾਰਾ ਮੁਲਕ ਬੰਦ ਕੀਤਾ ਤੇਰੀ ਧੀ ਨੂੰ ਜਹਿਣ ਡਿਆ ਉਹ ਤੇਰੀ ਕਹਿੰਦਾ ਅਸੀਂ ਆਪ ਰੋਕ ਲਾਂਗੇ ਮਾਂ ਨੂੰ ਜਮਾਂ ਪੁੱਤਰ ਬੋਲ ਕੇ ਸਕਦਾ ਵੀ ਕੀ ਜ਼ੁਲਮ ਹੋਣਾ ਹੋਏਗਾ ਵੱਡੇ ਜਵਾਨ ਤੇ ਵੱਡੇ ਨੌਜਵਾਨ ਤੇ ਤੁਹਾਨੂੰ ਪੁੱਛਾਂਗੇ ਕਿਵੇਂ ਲਾਕਡਾਊਨ ਲੈ ਕਾਨੂੰਨ ਦਾ ਹੈ ਉਧਰੋਂ 44 ਲੱਗ ਗਈ ਉਧਰੋਂ 44 ਲੱਗ ਗਈ ਉਧਰੋਂ ਹੋ ਗਏ ਉਧਰੋਂ ਬੰਦੇ ਘਰਾਂ 'ਚ ਲੋਕਾਂ ਨੂੰ ਬੀਤੀਆਂ ਹੁਕਮ ਸਹਿਣਾ ਡਾਣੀ ਚਾਹੀਦੀ ਕਸ਼ਤੀ ਦਿਆ ਪੁੱਤਰਾ ਕਿਸੇ ਕੁੱਤੀ ਦਿਆ ਵੀ ਕੁੱਤੇ ਭੱਜੇ ਫਿਰਦੇ ਉਹਦਾ ਪੁੱਤਰ ਹੁੰਦਾ ਹੁੰਦਾ ਤੁਸੀਂ ਬੋਲਦੇ ਉਹ 14-14 ਘੱਟ ਘੱਟ ਕੇ ਸਾਨੂੰ ਨਾ ਗਰੀਬਾਂ ਨੂੰ ਰੋਟੀ ਪਾਉਣਾ ਆਪਣੀਆਂ ਬੜੀਆਂ ਦੇਣ ਤੇਰੀ ਮਾਂ ਦਾ ਮਾਂ ਦੇ ਕੁੱਤੇ 'ਚ ਬਾਂਹ ਪਾ ਕੇ ਬਾਹਰ ਨਿਕਲ ਉਦੋਂ ਸਾਡੇ ਖਜ਼ਾਨੇ 'ਚ ਦੇਣ ਡਿਆ ਕੁੜੀ ਆ
ਮੈਂ ਤਾਂ ਖਜ਼ਾਨਾ ਜਦੋਂ ਦੁੱਧ ਦੇਣ ਡਿਆ ਆਪਣੀ ਧੀ ਦੀ ਕਮਾਈ ਦੇ ਦੱਸ ਨਾ ਉਦੋਂ ਇੰਜ ਮਜ਼ਾਕ ਮਜ਼ਾਕ ਦੇ ਅਖੀਰ ਹੋ ਗਈ ਗੈਰਤਾਂ ਨੂੰ ਕੀ ਪਤਾ ਚੱਲੇ ਗੈਰਤਾਂ ਕੋਈ ਵੇਖਣ ਡਿਆ ਸੋਚਣ ਡਿਆ ਯਾਦ ਹੋ ਗਿਆ ਤੁਹਾਡਾ ਅਖੀਰ ਤੋਂ ਚਿੱਟੇ ਨੰਗੇ ਹੋ ਕੇ ਲੱਗ ਪਏ ਕਰਨ ਜੋ ਕਰੀ ਜਾਂਦੇ ਸੰਤਾਲੀ ਲਿਖ ਚਲਾ ਗਿਆ ਨਹੀਂ ਖਾਸ ਕਰਕੇ ਜਿਹੜੇ ਵੱਡੇ ਤੁਸੀਂ ਆ ਵੱਡੇ ਦੇ ਪੁੱਤਰ ਧੀਆਂ ਜੇ ਭੂਸੇ ਹੁਣ ਹੁਣ ਬਾਲ ਵੀ ਹੱਸਣ ਬਾਕੀ ਕੋਈ ਜਹਲ ਤੋਂ ਜਹਲ ਵੀ ਹੋਵੇ ਨਾ ਕੋਈ ਐਵੇਂ ਕਮੀ ਕਮੀ ਜਾਂ ਕੁੜੀ ਜਾਂ ਕੀੜਾ ਦੰਦਾ ਉਹ ਵੀ ਕਹੇਗਾ ਵੀ ਕਦ ਤੋਂ ਅਸਰ ਕਾਂ ਬੰਦ ਆ ਕਿਉਂ ਤੁਸੀਂ ਡੈ ਕੀ ਹੋਇਆ ਤੁਹਾਨੂੰ ਇਹ ਉਹ ਤੁਹਾਡੀ ਕੁੜੀ ਕੋਲ ਲੈ ਗਿਆ ਚੁੱਕੇ ਉਹਨੂੰ ਅਸੀਂ ਡੈ ਅਸੀਂ ਆਪ ਲੈ ਆਵਾਂ ਘਰ ਦੀਆਂ ਕੁੜੀਆਂ ਨੂੰ ਪਾੜੀਏ ਜਿੱਦਣ ਤੁਸੀਂ ਉਹ ਤੁਹਾਨੂੰ ਬਹੁਤਾ ਖਤਰਾ ਨਾ ਜਿਹੜਾ ਉਹਨੂੰ ਅਸੀਂ ਡੱਕਾਂਗੇ ਤੁਸੀਂ ਮਾਂ ਦਾ ਫੁੱਦਾ ਡੱਕਣਾ ਤੁਸੀਂ ਡੱਕਣਾ ਉਹਦਾ ਤਾਂ ਡੱਕ ਦੇਣਾ ਉਹ ਅਸੀਂ ਡੱਕ ਲਾਂਗੇ ਹੁਣ ਸਾਨੂੰ ਪੈ ਜਾਏਗਾ ਨਾ ਆ ਕੇ ਅਸੀਂ ਡੱਕ ਲਾਂਗੇ ਉਹਨੂੰ ਇਹਨੂੰ ਤੰਦ ਡੱਕ ਲਈਏ ਤੁਹਾਡੀ ਮਾਂ ਨੂੰ ਜਮਾਂ ਤੁਹਾਡੀ ਉਮਰਾਂ ਨਹੀਂ ਚਲੋ ਵੇਖੋ ਕੁਝ ਗੈਰਤ ਮਾਂ ਇਹਨਾਂ ਸੋਚ ਕੇ ਜੋ ਬਸ ਸਹੀ ਪਿੱਟਣ ਡਿਆ ਗੱਲ ਹੈ ਕੋਈ ਚੰਗੇ ਲੋਕਾਂ ਪਾਈਆਂ ਤੇਰੇ ਗੱਲ 'ਚ ਪਟਾ ਪੜੀ ਜਾਵੇ ਕਸ਼ਤੀ ਕੀ ਕਰਨੇ ਅਸੀਂ ਪਟੇ ਕੁੱਤਾ ਇਹਨਾਂ ਤੋਂ ਕਿਸੇ ਦਾ ਕੁੱਤਾ ਓਕੇ ਕੁੱਤਾ ਨੌਕਰ ਕੁੱਤਾ ਹੀ ਹੁੰਦਾ ਉਹ ਤੇ ਉਹ ਕੁੱਤੇ ਪੁੱਤਰਾਂ ਦਾ ਕੁੱਤੇ ਕੁੱਤੀ ਅੰਨੀ ਪੀਂਦੀ ਕੁੱਤੀ ਚੱਟਦੀ ਕੁੱਤੀ ਦੇਖਦੇ ਵੇਖਣ ਡੀ ਕੁੱਤਣ ਲਈ ਤੁਹਾਨੂੰ ਸਾਫ਼ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਕੁੜੀ ਕਮਾਈ ਲੈਣ ਲੈਣ ਡਿਆ ਸਾਨੂੰ ਗਰੀਬਾਂ ਜ਼ੁਲਮ ਕਰਨ ਜ਼ੁਲਮ ਹੋ ਰਿਹਾ ਸਾਡੇ ਭਾਈ ਸਾਡੇ ਸਾਡਾ ਬਿੱਲ ਜੋ ਆਪ ਦੁਨੀਆਂ ਦੇ ਤੂੰ ਘਬਰਾ ਨੇ ਤੂੰ ਬੱਤੀ ਭਾਈ ਕਿੰਨੇ ਦੀ ਕਿਵੇਂ ਦੀ ਹੈਗੀ ਕੀ ਹੋ ਗਿਆ ਤੁਸੀਂ ਪੁੱਛਣਾ ਨਹੀਂ ਕੋਈ ਨਹੀਂ ਕੁੜੀ ਹੁਣ ਧਰਮ ਸਲਾਹ ਕਰਦਾ ਪਿਆ ਇਵੇਂ ਨਹੀਂ ਹੁੰਦਾ ਉਹ ਜਿਹੜਾ ਲਿਖ ਗਿਆ ਸੀ ਨਾ ਹੱਥ ਸੇ ਬਣਤਾ ਹੈ ਤੋ ਮਿਟ ਜਾਤਾ ਉਹ ਲਿਖ ਗਿਆ ਹਾਲੇ ਥੋੜ੍ਹੇ ਚਿਰਾਂ ਦੀ ਗੱਲ ਲਿਖਿਆ ਇੱਥੇ ਵੀ ਮਿਟਣਾ ਹੁਣ ਗੱਲ ਪਿਆ ਹੁਣ ਬਾਅਦ ਮਿਟਣਾ ਹੁਣ ਜੇ ਦੱਸ ਦੁਨੀਆਂ 'ਚ ਨਾ ਜ਼ਾਲਮ ਜਿਹੜੇ ਸਹੀ ਨਾ ਨਾ ਸਾਂਝੇ ਇੱਥੇ ਇਕੱਠੇ ਹੋਏ ਗੱਲ ਸਮਝ ਗਿਆ ਸੋਨੇ ਦੇ ਟਾਰ ਉਹ ਚੱਲਦਾ ਸੀ ਨਾ ਦਾੜੀ ਨਾਲ ਉਹ ਕਿਉਂ ਦਿੰਦਾ ਘਰ ਹੈਗਾ ਗੁਰੂ ਨਾਨਕ ਸਦਾ ਤੇਰੇ ਅੱਲਾ ਹੁੰਦਾ ਝਾੜੂ ਮਾਰਦਾ ਸੀ ਕਿ
ਕਦੀ ਅੱਲਾ ਨਬੀ ਸੋਹਣਾ, ਕਦੀ ਸਾਹਿਬ ਸਾਲਾ, ਕਦੀ ਜ਼ਿਕਰੀਆ ਜੋ ਕੌਣ ਥਾ ਮੇਰੇ ਔਰ ਕੌਣ ਥਾ। ਜਦੋਂ ਬੰਦਾ ਦਾ ਨਾਮ ਆਵੇ ਤੁਸੀਂ ਕਿਬਲਾ ਕਿਬਲਾ ਕਾਬਾ ਮੁਕਰਰ ਹੋਇਆ ਕਿਆ ਇਸ ਕੀ ਤਰਫ ਸਜਦਾ ਕਰ ਨਹੀਂ ਜਾਣਦਾ ਚਲੋ ਸਜਦਾ ਗਿਆ ਨਾ ਆਦਮ ਕੀ ਤਰਫ ਮੈਂ ਅੱਲਾ ਨਹੀਂ ਕਹਿ ਸਕਦਾ ਮੈਂ ਅੱਲਾ ਸਕਦਾ ਕਿ ਮੇਰੇ ਵਿੱਚ ਅੱਲਾ ਕਾਬਾ ਬਣਾ ਲਓ ਜੋ ਮਰਜ਼ੀ ਬਣਾ ਲਓ ਇੱਥੋਂ ਤੱਕ ਮੈਂ ਜਵਾਬ ਦਿਆਂਗਾ ਕਾਇਨਾਤ ਖੜਾ ਹੋ ਕਿ ਬੰਦੇ ਚ ਅੱਲਾ ਮੇਰਾ ਇਮਾਨ ਜਿੰਨੇ ਬੰਦੇ ਹਸਤੀਆਂ ਹੋਈਆਂ ਨੇ ਉਹ ਇਹੋ ਹੀ ਵਿੱਚ ਵੀ ਅੱਲਾ ਸਾਨੂੰ ਕਿਹਾ ਕਦੀ ਨਵੀ ਸੀ ਅੱਲਾ ਕਦੀ ਮੌਲਾ ਅਲੀ ਸੀ ਕਦੀ ਇਮਾਮ ਹੁਸੈਨ ਬਣ ਜਾਂਦਾ ਉਹ ਅੱਲਾ ਉਹ ਹੁੰਦਾ ਅੱਲਾ ਹੁੰਦਾ ਜਾਂ ਉਸ ਬੁੱਤ 'ਚ ਕਹਿ ਲਓ ਜਿਹਦੀ ਅਸੀਂ ਸ਼ਹਾਦਤ ਦੇ ਦਿੱਤੀ ਹੈ ਕਿ ਬੁੱਤ 'ਚ ਅੱਲਾ ਇਹ ਕਿਬਲਾ ਕਾਬਾ ਸਾਡਾ ਸੋਹਣੇ ਜਿੱਦਾਂ ਜੀ ਗੱਲ ਆਸ਼ਕਾਂ ਫਕੀਰਾਂ ਨਾ ਕਾਬਾ ਕਰਦਾ ਸਾਡਾ ਕਿਬਲਾ ਨਬੀ ਸੋਹਣਾ ਅੱਲਾ ਆਪ ਦਾ ਸਾਇਆ ਨਾ ਅੱਲਾ ਨੇ ਚਲੋ ਆਇਆ ਆਪ ਦਾ ਖਤਮ ਹੋ ਗਿਆ ਬਲਬ ਬੰਦ ਆਦਮ ਕਿਬਲਾ ਕਾਬਾ ਜਿੰਨੇ ਕਾਬੇ ਨਾ ਕਿਬਲਾ ਕਾਬਾ ਅਵਲ ਆਦਮ ਕਿਬਲਾ ਅਵਲ ਆਦਮ ਇਹ ਜਿਹਨੂੰ ਕਿਸੇ ਨੂੰ ਮਿਲਦਾ ਕਰਦਾ ਕਿਸ਼ਤੀਆਂ ਦੇ ਪੁੱਤਰ ਹੋਏ ਅੱਲਾ ਵਾਲਾ ਖਾਤਾ ਅੱਲਾ ਦੇ ਬੰਦੇ ਵੇਖ ਰਹੇ ਦੋ ਗਰੋਹ ਨੇ ਮਜ਼ਾਕ ਉਡਾ ਦਿਆਂਗੇ ਸੋਚਣਾ ਚਾਹੀਦਾ ਮਹੀਨੇ ਤੇਰੇ ਨਾਲ ਸੌਣ ਵਾਲਾ ਦੁਨੀਆ ਕੋਲ ਸੋਚਣ ਵਾਲਾ ਚਾਹੀਦਾ ਕਿਉਂ ਨੀ ਕੁਛ ਚਾਹੀਦਾ ਨਹੀਂ ਨਾ ਬੰਦੇ ਜ਼ਿਆਦਾ ਹੋ ਜਾਂਦੇ ਸ਼ੈਤਾਨ ਦਾ ਦੌਰ ਹੈ ਹੁਕਮਰਾਨ ਖਾਈ ਜਾਂਦੇ ਤੁਹਾਨੂੰ ਗਰੀਬਾਂ ਗੱਲਾਂ ਵੇਖ ਅਜੇ ਬੰਦੇ ਮਹਿੰਗਾਈ ਦੀਆਂ ਗੱਲਾਂ ਕਰਨ ਕੁੜੀ ਨਾਲ ਤੇਰੀ ਨਾਲ ਮਹਿੰਗਾਈ ਵੀ ਥੱਲੇ ਆਈ ਹੈ ਵੀ ਥੱਲੇ ਨਹੀਂ ਜਿੰਨੀ ਦੀ ਚੀਨੀ ਸੀ ਜਿੰਨੇ ਦੀ ਪੱਤੀ ਸੀ ਉਸ ਤੋਂ ਉੱਤੇ ਥੋੜ੍ਹੀ ਬੋਲੀ ਗਈ ਥੱਲੇ ਤਾਂ ਕੋਈ ਨਹੀਂ ਆਈ ਸਾਡੇ ਨਾਲ ਤੁਸੀਂ ਨਾ ਮਜ਼ਾਕ ਉਡਾਉਣ ਡਿਆ ਸਾਡਾ ਹੁਣ ਤੁਹਾਨੂੰ ਵਾਰ ਵਾਰ ਕਹਿਣ ਡਿਆ ਆ ਬੜੀ ਮਿਹਰਲਾ ਕਰਕੇ ਕਹਿਣ ਡਿਆ ਹੋ ਗਏ ਲੋਕ ਜ਼ਿਆਦਾ ਤੰਗ ਹੋ ਗਏ ਅਮਰੀਕਾ ਦਾ ਬੰਦਾ ਹਿਸਾਬ ਕਰਨ ਪੈਸੇ ਤੁਸੀਂ ਸਾਰਾ ਬੰਦਾ ਆਪ ਚਾਰ ਜਦੋਂ ਵੀ ਅਸੀਂ ਉੱਠੇ ਤੁਹਾਡੇ ਸੀਨੇ ਚੀਜ਼ ਅਸੀਂ ਕਿੱਥੋਂ ਲੈਣੇ ਨੇ ਅਸੀਂ ਤਾਂ ਤੁਹਾਡੇ ਲਾਉਣੇ ਨੇ ਪੈਸੇ ਕਰਜ਼ਾ ਤਾਂ ਫਿਰ ਹੀ ਚੱਲਣਾ ਮੁੜ ਕੋਈ ਨਹੀਂ ਚੱਲ ਸਕਦਾ
ਆ ਤੂੰ ਫਿਰ ਆ ਕੇ ਕਰਜ਼ਾ ਦੇ ਮੈਨੂੰ ਲੱਗਦਾ ਕੋਈ ਨਹੀਂ ਦੇਗਾ, ਸਿਰਫ ਉਹ ਵੱਡਾ ਜਿਹੜਾ ਨਾ ਕੁੱਤੇ ਦਾ ਭਾਈ ਤੁਹਾਨੂੰ $1,000,000 ਉਹ ਲਹਿਦਾ ਸ਼ਤਾਨ ਦਾ ਮਾਨ ਹੈ ਉੱਥੇ ਜਿਹੜਾ ਹੁੰਦਾ ਨਾ ਵੀ ਕੇ ਸਰ ਆਖਾ